ਕੀ ਹੋਇਆ ਮਾਂ? ਇਸ ਬਦਮਾਸ਼ ਨੇ ਤੇਰੀ ਮਾਂ ਨੂੰ ਓ ਕੀ ਕਹਿੰਦੇ? ਮੈਨੂੰ ਤੂੰ ਮੇਰੀ ਮਾਂ ਹੈ ਇਮਰਾਨ ਹਾਸ਼ਮੀ ਦੀ ਮਾਂ, ਅਸਲ ਗੱਲ ਕਿਉਂ ਨਹੀਂ ਦੱਸਦੀ ਮੈਨੂੰ? ਇਹਨੇ ਆ ਤਗੜਾ ਹੋ ਜਾ ਬਗੈਰਤਾ, ਸਾਡੀ ਮਾਂ ਨੂੰ ਕਹਿ ਕੇ ਚਾਹੇ ਕਿੱਥੇ ਤੂੰ ਘੱਟ ਜ਼ੋਰ ਲਾ, ਛੱਡ ਤੇਰੀ ਮਾਂ ਦੇ ਹੱਥ ਨੇ, ਮੈਂ ਜ਼ੋਰ ਲਾਉਂਦਾ ਪਿਆ, ਬਗੈਰਤੀ ਨਾ ਕਰ, ਹੈ ਕੌਣ ਇਹਦਾ ਤਗੜਾ? ਪੁੱਛ ਮੇਰੀ ਅੰਮੀ ਨੂੰ, ਅਸੀਂ ਕਦੀ ਜ਼ੋਰ ਨਹੀਂ ਲਾਉਣ ਦਿੱਤਾ, ਛੱਡ ਮੇਰਾ। ਓਏ ਡਰਨਾ ਕਿਉਂ ਹੈ ਬੰਬ ਚੋਕੀ ਆ, ਕਿਉਂ ਘਬਰਾਉਣਾ ਹੈ? ਹਾਸ਼ਮੀ ਸੁਰਮਾ ਚੰਗਾ ਹੁੰਦਾ ਹੈ, ਤੂੰ ਕਹਿੰਦੀ ਬਦਮਾਸ਼ ਹੈ, ਦੁਕਾਨਦਾਰ ਹੈ। ਮੈਨੂੰ ਤੂੰ ਜਾਣਦਾ ਨੀ, ਮੈਂ ਦੱਸ ਦਿਆਂ ਤੈਨੂੰ। ਸੋਹਣਿਆ ਤੂੰ ਵੀ ਨੀ ਮੈਨੂੰ ਜਾਣਦਾ, ਤੂੰ ਵੀ ਨੀ ਜਾਣਦਾ, ਤੈਨੂੰ ਪਤਾ ਨੀ ਨੂਰੀ ਨੱਤ ਨੂੰ ਗੁੱਸਾ ਚੜਿਆ ਹੋਵੇ ਤੇ ਨੂਰੀ ਨੱਤ ਕਿੰਨੀਆਂ ਦਵਾਈਆਂ ਮਚਾ ਸਕਦਾ ਏ। ਨੂਰੀ ਤੇਰੀ ਉਂਗਲ ਸਹੀ ਚੱਲ ਨਹੀਂ ਰਹੀ। ਓਏ ਜੇ ਇਹ ਗੱਲ ਤੇ ਤਗੜਾ ਹੋ ਜਾ ਨੂਰੀ, ਆ ਜਾ ਅੰਮੀ ਪਿੱਛੇ ਹੋ ਜਾ। ਅੱਛਾ ਓਏ ਮੈਨੂੰ ਬੱਚੀ, ਮੈਂ ਤੇਰੇ ਮਾਵਾਂ ਪੜਨ ਦੀ ਗੱਲ ਕੱਢਾਂਗਾ, ਅਸੀਂ ਅੱਗੇ ਲਾਈ ਨੇ ਅੰਮੀ ਬੰਦੇ ਕੋਟੇ ਬਾਹਰ ਬੁਲਾਵੇ, ਬੁਲਾ ਲਾ ਇੱਥੇ। ਹਲਕਾ ਮਜ਼ਾ ਤੇ ਆ ਰਿਹਾ ਹੋਇਆ ਕੀ ਰਲਿਆ, ਰੌਲਾ ਕੀ ਹੈ? ਸਾਡੀ ਮਾਂ ਦਾ ਪੁੱਤ ਵੀ ਐਟਰਾ, ਤੂੰ ਕੀ ਕਤਲ ਕਰਨਾ ਹੈ? ਤੂੰ ਤੇ ਲੱਗਦਾ ਹੈ ਰਾਜਸਥਾਨ ਚੋਂ ਆਪਣੀ ਭੈਣ ਲੱਭਣ ਆਇਆ ਹੈ। ਮਾਵਾਂ ਭੈਣਾਂ ਦੀਆਂ ਗੱਲਾਂ ਕਰਨਾ ਹੈ? ਅੱਜ ਤੱਕ ਮੈਂ ਤੇਰੀ ਮਾਂ ਭੈਣ ਤੱਕ ਗਿਆ ਨਹੀਂ, ਉਹ ਆ ਗਈ ਆ ਜਾਣੀ। ਹੋਰ ਕੀ ਹੈ ਮਰੌਲਾ ਕੀ ਹੈ? ਖੁਦਾ ਦੀ ਕਸਮ ਓਏ ਮੇਰੀ ਮਾਂ ਨਾਲ ਗੱਲ ਕਿਸੇ ਕੀਤੀ ਆ? ਨੱਤ ਤੇ ਚਾਹੁੰਦਾ ਕੋਈ ਆਵੇ ਵਿਆਹ ਹੈ ਉਹ ਤੇਰੇ ਬਹਿਣ ਚ ਮਰਦਾਨਾ ਤਾਕਤ ਹੈ। ਸ਼ੀਸ਼ਾ ਇੱਦਾਂ ਕਰੀ ਮੈਂ ਟੋਪੀ ਸਿੱਧੀ ਕਰ। ਇੱਥੇ ਬੰਦਾ ਬੈਠੇ ਸਨ, ਇੱਥੇ ਲੜਦਾ ਕਿਉਂ ਨਹੀਂ ਬੈਠੇ? ਲੜਦੇ ਸਹੀ ਕੁਝ ਯਾਰ, ਮੈਨੂੰ ਗੁੱਸਾ ਆ ਕੇ ਤਾਂ ਨਿਕਲ ਜਾਣੇ। ਤੈਨੂੰ ਗੁੱਸਾ ਕੀ ਆਣਾ ਭੰਮ ਜੋ ਗਿਆ ਤੈਨੂੰ ਤੇ ਉਹ ਰਾਲੇ ਨੂੰ ਸੁੱਟ ਦਿੱਤੀ। ਹਾਂ ਜੇ ਪਿਓ ਦੇ ਪੁੱਤਰ ਤੇ ਰਾਲੇ ਠੁੱਟੇ ਮਾਰ ਕੇ ਮਾਰ ਲੈਣੀ ਇਹਨੂੰ ਤੇ ਸੁਣ ਮਾਰ ਕੇ ਵਿਖਾ। ਰਾਣਾ ਸਾਹਿਬ ਹੋਰ ਕੋਈ ਮੇਰੇ ਲਾਇਕ ਉੱਠ ਮਾਰ ਲਾੜੇ ਦੇ ਨਾਲ, ਤੈਨੂੰ ਹਜ਼ਾਰ ਨੀ ਆਉਂਦਾ ਵਿਰਾਨ ਮਰ ਕੀ ਹਾਲ ਹੈ? ਕਿਸੇ ਨੇ ਨੀ ਆਣਾ ਨੂਰੀ ਨੱਤ ਦੇ ਕੇ, ਮੈਂ ਆਪ ਲੈ ਕੇ ਆਣਾ। ਮਰ ਗਿਆ, ਮਰ ਗਿਆ ਨੂਰੀ, ਕੋਈ ਰੇੜਾ ਮੰਗਾ ਲੈ ਵਿਆਹ ਦੀ ਲਾਸ਼ ਵਾਸਤੇ। ਮਕਰੀ ਬੰਦ ਤੰਦ ਭੰਨ ਲੈ।
ਮੈਂ ਮਰਾਸੀਆਂ ਦਾ ਮੁੰਡਾ ਵਧਾਈ ਲੈਣ ਆਇਆ ਜਨਾਬ। ਉਹ ਮੈਂ ਨੂਰੀਆਂ ਖੁਦਾ ਦਾ
ਆਪਣੀ ਇੱਜ਼ਤ ਕਰੋ ਕਿਉਂ ਤੂੰ ਆਟਾ ਸਸਤਾ ਕਰਾਉਣ ਚ ਤੇਰਾ ਪਹਿਲਾ ਹੱਥ ਹੈ ਤੇਰਾ ਜਮਲਾ ਦੇ ਕੇ ਕੱਪੜੇ ਦੇ ਦੇ ਨੂਰ ਕੱਪੜੇ ਨਹੀਂ ਅੱਜ ਤਾਂ ਮੈਂ ਤੇਰਾ ਕਿੱਥੇ ਵੀ ਲਾਣੇ ਓ ਨਹੀਂ ਕੱਪੜੇ ਤੈਨੂੰ ਕੋਠੇ ਤੋਂ ਮਿਲਣਗੇ ਹੋ ਚੱਲ ਨੂਰੀ ਅੰਦਰ ਪਾਣੇ ਤੋਂ ਓਏ ਨਹੀਂ ਨਹੀਂ ਚੱਲ ਚੱਲ ਅੰਦਰ ਪਾਣੇ ਕਿਉਂ ਅੰਮਾ ਵੇਖੀ ਫਿਰ ਵੇਖਿਆ ਮਾਂ ਕੀ ਵੇਖਿਆ ਜੇ ਬੇੜਾ ਗਰਕ ਹੋਵੇ ਤੁਹਾਡਾ ਖਾਨਾ ਖਰਾਬ ਹੋਵੇ ਮੈਂ ਤੇ ਲਗੋ ਇਹੀ ਦੁਆ ਕਰਦੀ ਆ ਨਹੀਂ ਰੱਬ ਨੂੰ ਉਸਤਰਾ ਕਰ ਲੈਣੇ ਜਿਹੜੀ ਦੁਆ ਮੰਗਣੀ ਨੀਵੀਂ ਨੀਵੀਂ ਮੰਗ ਮੈਂ ਤੁਹਾਨੂੰ ਜਿੰਨਾ ਨੂੰ ਮੈਂ ਪਾਲਿਆ ਤੁਹਾਡਾ ਪਿਓ ਮਰ ਗਿਆ ਤੁਸੀਂ ਮੇਰੇ ਲਈ ਕੰਮ ਕਿਉਂ ਨਹੀਂ ਕਰਦੇ ਕਿਉਂ ਨਹੀਂ ਮਿਹਨਤ ਮਜ਼ਦੂਰੀ ਕਰਦੇ ਮੈਨੂੰ ਦੱਸੋ ਕੀ ਚਾਹਦੇ ਹੋ ਮੇਰੇ ਕੋਲੋਂ ਮੈਂ ਤੁਹਾਨੂੰ ਅੱਜ ਜ਼ਮਾਨੀ ਆ ਤਿੰਨ ਮੇਰੇ ਜਵਾਨ ਪੁੱਤਰ ਨੇ ਤਿੰਨਾਂ ਚੋਂ ਕਿਹੜਾ ਪੁੱਤਰ ਆਪਣੀ ਮਾਂ ਤੋਂ ਕੁਰਬਾਨ ਹੋਏਗਾ ਉਹ ਦੋ ਕਦਮ ਅੱਗੇ ਹੋ ਜਾਵੇ ਹਾਂਜੀ ਦੋ ਕਦਮ ਅੱਗੇ ਹੋ ਜਾਵੇ ਜਿਹੜਾ ਮਾਂ ਤੋਂ ਕੁਰਬਾਨ ਹੋਏਗਾ ਮੈਂ ਹਿੱਲਿਆ ਵੀ ਨਹੀਂ ਤੇ ਅੱਗੇ ਆ ਗਿਆ ਆ ਵੱਡੇ ਮੂੰਹ ਵਾਲਾ ਉਹ ਦੋਵੇਂ ਮੂੰਹ ਰਲਾ ਕੇ ਇੱਕ ਤੇ ਸਹੀ ਬਣਾ ਲਓ ਅਸੀਂ ਤਿੰਨਾਂ ਤਿੰਨਾਂ ਰਲਾਈ ਰਹੇ ਤੇ ਫਿਰ ਵੀ ਸਹੀ ਨਹੀਂ ਬਣਦਾ ਤੁਸੀਂ ਤਿੰਨਾਂ ਨੇ ਮੇਰੇ ਕੰਮ ਨਹੀਂ ਆਣਾ ਐ ਵੇਖੋ ਮੇਰੀ ਇੱਜ਼ਤ ਤੁਹਾਡੇ ਬਹਿਰਾਲ ਚ ਅੱਲਾ ਮੈਨੂੰ ਮਾਂ ਦੀ ਜੇ ਮਾਂ ਇਹ ਕੀ ਕਰ ਨਹੀਂ ਰਹਿਣਾ ਹਾਂ ਤੇ ਮਾਂ ਮੈਨੂੰ ਮਾਂ ਚਾਹੇ ਚਾਹੀਦਾ ਓਏ ਮਾਂ ਸਿੱਧ ਦੁਪੱਟਾ ਉਤਰੇ ਤੇ ਪੁੱਤਰ ਤੇ ਉਂਝ ਹੀ ਮਰ ਜਾਂਦੇ ਨੇ ਤੇ ਮੈਂ ਤੈਨੂੰ ਆਹ ਮਾਰਾਂਗਾ ਲੋਕੀ ਵੇਖਣਗੇ ਤਾਂ ਕੀ ਆਖਣਗੇ ਜੀ ਦਰ ਘੁੱਟ ਕੇ ਮਾਰਿਆ ਇਹਨੂੰ ਡਾਂਗਾ ਮਾਰਨੇ ਅਖਰਕਾਰ ਬੇਬੇ ਸੱਚ ਮੈਨੂੰ ਸੱਟ ਲੱਗ ਗਈ ਓ ਬੇਬੇ ਮਾਫ ਕਰ ਦੇ ਇਹਨਾਂ ਨੂੰ ਆਖਰ ਤੇਰੇ ਪੁੱਤਰ ਨੇ ਬੇਬੇ ਆਏ ਲਗੀ ਲਗੀ ਰੇ ਲਗੀ ਲਗੀ ਰੇ ਲਗੀ 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 ਰੇ ਲਗੀ ਲਗੀ ਰੇ ਲਗੀ ਲਗੀ ਇਹ ਸਾਡੀ ਮਾਂ ਏ ਕਿ ਜਾਂ ਤੂੰ ਇਸ਼ਰ ਚੌਧਰੀ ਦੀ ਮਾਂ ਏ ਲਗੀ ਲਗੀ ਰੇ ਲਗੀ ਜਿੱਥੇ ਲੱਗੀ ਉੱਥੇ ਦਵਾਈ ਕਿਉਂ ਨਹੀਂ ਲਾਉਂ ਜਿੰਨੀ ਤੁਹਾਡੀ ਨਾ ਇਹ ਜਿੰਨੀ ਬੜਾਂਗੇ ਮੈਂ ਖਾਣਾ ਖਰਾਬ ਆ ਜ਼ਲੀਲੋ ਮੇਰੀ ਗੱਲ ਹੀ ਕੋਈ ਨਹੀਂ ਸੁਣਦਾ ਕੀ ਚਾਹੁੰਦਾ ਮੈਂ ਤੂੰ ਮੇਰੇ ਡਿਸਕੋ ਵੇ ਬਣੀ 43 ਸਾਲ ਹੋ ਗਏ ਸਾਡੇ ਪਿਓ ਨੂੰ ਮਰੇ ਆ ਤੇ ਇਹਦੀ ਇਹਦੇ ਪਰਮੱਟੇ ਵੇ ਕਿਵੇਂ ਕਿੱਡੇ ਹਰੇ ਕੀਤੇ ਨੇ ਵੇਲਾ ਬੇਬੇ ਗੱਲ ਸੁਣੋ ਤੁਹਾਡੀ ਭੈਣ ਨੂੰ ਬੰਦੇ ਵੇਖਣ ਆ ਰਹੇ ਜੀ ਉਹਨਾਂ ਦੀ ਇਹ ਜ਼ਰੂਰਤ ਇਹ ਜ਼ਰੂਰਤ ਇਹ ਦੁਨੀਆ ਬੋਲੋ ਕੀ ਕਰਦਾ ਮੋਬਾਈਲ ਕੱਢ ਕੇ ਐਂਬੂਲੈਂਸ ਨੂੰ ਮਿਸ ਕਾਲ ਮਾਰ ਕੇ ਫਿਰ ਜੇਬ ਚ ਪਾ ਲਾ ਇਹ ਪਨਵਈਆ